ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕਾਲਜ ਆਫ ਕਮਿਊਨਿਟੀ ਸਾਇੰਸ ਵਿਖੇ ਇਹਨੀ ਦਿਨੀ ਵਿਸ਼ੇਸ਼ ਕਾਟਨ ਦੇ ਮਾਸਕ ਤਿਆਰ ਕੀਤੇ ਜਾ ਰਹੇ ਹਨ। ਮਾਰਕੀਟ ਵਿੱਚ ਲਗਾਤਾਰ ਇਹਨਾਂ ਮਾਸਕਾਂ ਦੀ ਡਿਮਾਂਡ ਵੱਧ ਰਹੀ ਹੈ ਕਿਉਂਕਿ ਇਹ ਮਾਸਕ ਨਾ ਸਿਰਫ ਈਕੋ ਫ੍ਰੈਂਡਲੀ ਨੇ ਬਲਕਿ ਕਾਟਨ ਦੇ ਹੋਣ ਕਰਕੇ ਹਲਕੇ ਅਤੇ ਧੋ ਕੇ ਮੁੜ ਵਰਤੋਂ ਵਿੱਚ ਲਿਆਉਣ ਯੋਗ ਵੀ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਹੁਣ ਤੱਕ 5000 ਤੋਂ ਵੱਧ ਮਾਸਕ ਬਣਾ ਕੇ ਵੇਚੇ ਜਾ ਚੁੱਕੇ ਹਨ ਤੇ ਹੁਣ ਮੈਡੀਕਲ ਸਟੋਰਾਂ ਤੇ ਵੀ ਇਹਨਾਂ ਦੀ ਡਿਮਾਂਡ ਵਧਣ ਲੱਗੀ ਹੈ। कॉलेज ऑफ कम्यूनिटी साइंस की डीन डॉक्टर संदीप बैंस ने दसिया कि उन्हां वल्लों ऑनलाइन सैशन लगा के महिलावां नूं ए मास्क बनाउण दी सिखलाई भी दित्ती जा रही है ताँ जो आत्मनिर्भर बन सकन। उधर दूसरे पासे डिपार्टमेंट ऑफ अपरल अते टैक्सटाइल साइंस की विज्ञानी राजदीप कौर ने दसिया कि विभाग वल्लों वख-वख डिजाइनां दे मास्क बनाए जा रहे हैं जिन्हां विच बच्चियां दे मास्क भी शामिल हैं। प्रोजेक्ट ऑल इंडिया कोऑर्डिनेटेड रिसर्च प्रोजेक्ट 2009 शुरू किया बनाते मास्क ते ग्लव्स फार्मर्स वास्ते असीं किसान मेले ते वेचदे भी सीगे पर वो सिर्फ सिंगल लेयर्ड सीगे पर कोविड करके जिस तरह के होर एक नीड एक राइज हुई तो असी फिर हुण जिहड़े मास्क जिहड़े ने डबल लेयर्ड बना रहे हैं तो ईवन थ्री लेयर्स भी बना रहे हैं तो प्लीटेड मास्क बना रहे हैं तो ग्लव्स भी बना रहे हैं तो शील्ड शुरू नवीं कीतियां ने तो लोड के मुताबक असी हुण ਬੱਚਿਆਂ ਦੇ ਵਾਸਤੇ ਵੀ ਜਿਹੜੇ ਮਾਸਕ ਨੇ ਉਹ ਵੀ ਸ਼ੁਰੂ ਕਰਤੇ ਹੈਗੇ ਆ। ਮੈਮ ਟ੍ਰੇਨਿੰਗ ਵਗੈਰਾ ਕੀਤੀ ਜਾਂਦੀ ਤੁਹਾਨੂੰ ਜਿੱਦਾਂ ਲੇਡੀਜ਼ ਹੈ ਆਨਲਾਈਨ ਸੈਸ਼ਨ ਵਗੈਰਾ ਵੀ ਦਿੱਤੇ ਜਾ ਰਹੇ ਨੇ ਤੁਹਾਡੇ ਵੱਲੋਂ? ਹਾਂਜੀ ਬਿਲਕੁਲ ਕਿਉਂਕਿ ਇਸ ਤਰ੍ਹਾਂ ਸੀ ਕਿਉਂਕਿ ਰਿਕੁਆਇਰਮੈਂਟ ਬਹੁਤ ਜ਼ਿਆਦਾ ਆ ਰਹੀ ਹੈ ਅਸੀਂ PAU ਦੇ ਜਿਹੜੇ ਸਾਰੇ ਇੰਪਲੋਈਜ਼ ਹੈ ਉਹਨਾਂ ਦੀ ਇੱਕ ਨੀਡ ਹੈ ਸਾਡੇ PAU ਦੇ ਵਿੱਚ ਰਿਸਰਚ ਫੈਲੋਜ਼ ਨੇ ਅਤੇ ਫਿਰ ਜਿਹੜੇ ਰਿਸਰਚ ਜਿਹੜੇ ਫਾਰਮਸ 'ਤੇ ਕੰਮ ਕਰਦੇ ਨੇ ਲੈਬਸ ਲੈਬ ਵਰਕਰਸ ਨੇ ਅਤੇ ਬਹੁਤ ਸਟਾਫ ਹੈ ਤੋ ਉਹ ਸਾਰਾ ਮੁੱਦੇ ਦੇ ਰੱਖਦੇ ਹੋਏ ਸਾਨੂੰ ਸਟੂਡੈਂਟਸ ਇਹਦੇ ਨਾਲ ਨਹੀਂ ਫੁਲਫਿਲ ਹੋਇਆ ਇਸ ਕਰਕੇ ਸਾਨੂੰ ਦੋ ਹੋਰ ਐਂਟਰਪ੍ਰੀਨਿਓਰਸ ਡਿਵੈਲਪ ਕਰਨੇ ਪਏ ਜਿਹੜੇ ਕਿ ਸਾਡੇ ਨਾਲ ਸਾਨੂੰ ਹੈਲਪ ਕਰਦੇ ਹੈ ਅਤੇ ਉਹ ਵੀ ਅਸੀਂ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਅਤੇ ਉਹ ਕੀ ਕਹਿੰਦੇ ਆ ਸਾਰਾ ਇਹ ਵਾਲਾ ਮਾਸਕ ਹੈਲਪ ਕਰ ਰਹੇ ਸਾਨੂੰ ਬਣਾਉਣ ਦੇ ਵਿੱਚ। ਮੈਮ ਸੇਲ ਵੀ ਕੀਤੇ ਜਾਂਦੇ ਤੁਹਾਡੇ ਵੱਲੋਂ ਬਣਾ ਕੇ ਮਾਸਕ ਵਗੈਰਾ? ਇਹ ਸਾਰੇ ਸੇਲ ਕੀਤੇ ਜਾ ਰਹੇ ਆ ਅਤੇ ਇਹ ਮੈਂ ਤੁਹਾਨੂੰ ਹੋਰ ਦੱਸਣਾ ਚਾਹੂੰਗੀ ਕਿ ਨੋਟ ਓਨਲੀ ਇਹ ਸਿਰਫ PAU ਦੇ ਇੰਪਲੋਈਜ਼ 'ਤੇ ਹੀ ਨਹੀਂ ਖਰੀਦ ਰਹੇ ਸਾਡੇ ਤੋਂ ਈਵਨ ਬਾਹਰੋਂ ਵੀ ਸਾਨੂੰ ਬਹੁਤ ਰਿਕੁਆਇਰਮੈਂਟ ਆ ਰਹੀ ਹੈ ਸਾਡੇ ਨੇੜੇ ਗੁੜਵਾਸੂ ਕਾਲਜ ਹੈ ਵੈਟਨਰੀ ਦਾ ਕਾਲਜ ਉਹ ਵੀ ਸਾਡੇ ਤੋਂ ਖਰੀਦ ਰਿਹਾ ਈਵਨ ਮੈਡੀਕਲ ਸਟੋਰ ਸਾਡੇ ਤੋਂ ਖਰੀਦ ਰਿਹਾ ਅਤੇ ਹੋਰ ਵੀ ਜਿਨ੍ਹਾਂ ਨੂੰ ਵੀ ਰਿਕੁਆਇਰਮੈਂਟ ਹੈ ਈਵਨ ਟੀਚਰ ਅਤੇ ਉੱਥੋਂ ਦੇ ਆਪਣੀ ਫੈਮਿਲੀ ਮੈਂਬਰਸ ਵਾਸਤੇ ਵੀ ਸਾਡੇ ਤੋਂ ਖਰੀਦ ਕੇ ਲੈ ਕੇ ਜਾਂਦੇ ਹੈ। ਮੇਰਾ ਨਾਮ ਰਾਜਦੀਪ ਕੌਰ ਹੈ ਮੈਂ ਅਪੈਰਲ ਐਂਡ ਟੈਕਸਟਾਈਲ ਸਾਇੰਸ ਵਿੱਚ ਸਾਇੰਟਿਸਟ ਹਾਂ। ਮੈਮ ਜਿਵੇਂ ਕਿ ਯੂਨੀਵਰਸਿਟੀ ਦੇ ਵਿੱਚ ਮਾਸਕ ਬਣਾਏ ਜਾ ਰਹੇ ਤਾਂ ਮੈਮ ਕੀ ਖਾਸੀਅਤ ਹੈਗੀ ਇਹਨਾਂ ਮਾਸਕ ਦੀ ਅਤੇ ਤੁਸੀਂ ਸੇਲ ਵੀ ਕਰ ਰਹੇ ਅਤੇ ਹੁਣ ਤੱਕ ਕਿੰਨੇ ਮਾਸਕ ਬਣਾ ਚੁੱਕੇ? ਹਾਂਜੀ ਇਸ ਤਰ੍ਹਾਂ ਕਿ ਇਹ ਕਾਟਨ ਦੇ ਮਾਸਕ ਹੈਗੇ ਆ ਸਭ ਤੋਂ ਜ਼ਰੂਰੀ ਗੱਲ ਜਿਵੇਂ ਆਪਾਂ ਬਾਜ਼ਾਰ ਦੇ ਵਿੱਚ ਦੇਖਦੇ ਹਾਂ ਸਿੰਥੈਟਿਕ ਮਾਸਕ ਮਿਲ ਰਹੇ ਨੇ ਇਹ ਕਾਟਨ ਦੇ ਹੈਗੇ ਨੇ ਪੂਰਾ ਸੂਤੀ ਕੱਪੜਾ ਜਿਵੇਂ ਘਰ ਆਪਣੇ ਕੋਲ ਹੁੰਦਾ ਉਹਦੇ ਨਾਲ ਬਣਾਏ ਹੋਏ ਡਬਲ ਲੇਅਰਡ ਹੈਗੇ ਨੇ ਇਹ ਬਣਾਉਣੇ ਵੀ ਬੜੇ ਸੌਖੇ ਆ ਜਿਵੇਂ ਕੱਪੜੇ ਦੀਆਂ ਦੋ ਤਹਿਾਂ ਲੈ ਕੇ ਇਹਦੇ ਵਿੱਚ ਆਪਾਂ ਪਲੀਟਸ ਪਾਈਆਂ ਹੋਈਆਂ ਨੇ ਤਾਂ ਕਿ ਥੋੜ੍ਹਾ ਇੱਦਾਂ ਖੁੱਲ੍ਹਾ ਹੋ ਕੇ ਆਪਾਂ ਪਾ ਸਕੀਏ ਖੋਲ੍ਹ ਕੇ ਇਹਨੂੰ ਅੱਛੀ ਤਰ੍ਹਾਂ ਫਿਰ ਇਹ ਸਟ੍ਰਿੰਗਸ ਲਗਾਈਆਂ ਗਈਆਂ ਹੁਣ ਜਿਵੇਂ ਕਈ ਪੱਗ ਬੰਨਦੇ ਹੈਗੇ ਨੇ ਉਹਨਾਂ ਲਈ ਬੜਾ ਮੁਸ਼ਕਿਲ ਹੈਗਾ ਜਿਵੇਂ ਅਸੀਂ ਨਾ ਇਲਾਸਟਿਕ ਵਾਲੇ ਬਣਾਏ ਹੈਗੇ ਆ ਆਪਾਂ ਤਾਂ ਕੰਨ ਦੇ ਇਸ ਤਰ੍ਹਾਂ ਪਾ ਲੈਂਦੇ ਹੈਗੇ ਹਾਂ ਅਤੇ ਉਹਨਾਂ ਲਈ ਪ੍ਰੋਬਲਮ ਆਉਂਦੀ ਹੈ ਅਤੇ ਉਹ ਫਿਰ ਇਹਨੂੰ ਟਰਬਨ ਦੇ ਉੱਪਰ ਇੱਦਾਂ ਟਾਈ ਕਰ ਸਕਦੇ ਅਤੇ ਮੈਮ ਕਿੰਨੇ ਮਾਸਕ ਹੁਣ ਤੱਕ ਬਣਾਏ ਜਾ ਚੁੱਕੇ ਨੇ ਅਤੇ ਕਿੰਨੇ ਸੇਲ ਹੋ ਚੁੱਕੇ? ਅਸੀਂ 5000 ਤੋਂ ਵੱਧ ਬਣਾ ਕੇ ਸੇਲ ਕਰ ਚੁੱਕੇ ਹੈਗੇ ਹਾਂ ਬਾਕੀ ਇਹ ਕਿ ਨਾਲ ਦੀ ਨਾਲ ਬਣੀ ਜਾ ਰਹੇ ਹਾਂ ਕਿਉਂਕਿ ਸਾਡੇ ਐਂਟਰਪ੍ਰੀਨਿਓਰਸ ਵੀ ਬਣਾ ਰਹੇ ਹੈਗੇ ਨੇ ਅਤੇ ਸਾਡੇ ਕਿਉਂਕਿ ਇਹ ਪ੍ਰੋਜੈਕਟ ਵਿੱਚ ਬਣ ਰਿਹਾ ਜਿਸ ਤਰ੍ਹਾਂ ਮੈਡਮ ਨੇ ਦੱਸਿਆ ਇੱਕ ਰਿਪ ਦੇ ਵਿੱਚ ਸਾਡੇ ਰਿਸਰਚ ਫੈਲੋ ਨੇ ਉਹ ਵੀ ਘਰ ਬੈਠ ਕੇ ਡਿਊਰਿੰਗ ਲੋਕਡਾਊਨ ਵੀ ਉਹ ਘਰ ਬੈਠ ਕੇ ਬਣਾਉਂਦੇ ਰਹੇ ਹੈਗੇ ਆ। ਨਾਲ ਅਖਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ ਕਲਮ ਦੀ ਤਾਕਤ ਤੇ ਵੈਬ ਟੀਵੀ ਦੇ ਮਾਧਿਅਮ ਦੇ ਨਾਲ ਹਰ ਜਨ ਤੱਕ ਪਹੁੰਚਾਵਾਂਗੇ ਹਰ ਮਨ ਦੀ ਆਵਾਜ਼ ਹਰ ਆਮੋ ਖਾਸ ਤੇ ਹਕੂਮਤ ਨੂੰ ਵੀ ਕਰਾਂਗੇ ਸਵਾਲ ਜਵਾਬ ਆਪ ਨਹੀਂ ਤਾਂ ਪਹੁੰਚੇਗੀ ਸਾਡੀ ਵੀਡੀਓ ਕਾਲ ਅਫਵਾਹਾਂ ਤੋਂ ਬਚੋ ਅਤੇ ਸੱਚੀਆਂ ਤੇ ਸਹੀ ਖਬਰਾਂ ਦੇ ਲਈ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ।